ਖਾਲੀ ਗੱਲ ਕਰਦਾ ਰੱਖਾ ਗਾਜੀ ਪੁਰਦਾ ਜੀ, ਖਾਲੀ ਹੱਥ ਗੁਰੂ ਨਾਨਕ ਦੇ ਪੁਰਦਾ ਜੀ, ਕਿ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾ ਦੇ, ਖੇਡਣੀ ਉਹਨਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਅਗਲੀਆਂ ਟੀਮਾਂ ਵੀ ਆ ਗਈਆਂ, ਚਗਨਾਈ ਚੈੱਕ ਕਰ ਲਓ ਵੀ ਪਿਰਸੀ ਬਣਾ ਵਾਲੀਓ, ਚਗਨਾਈ ਚੈੱਕ ਕਰ ਲਓ ਤੰਗ ਵਾਲੀ ਦੇ ਖਿਡਾਰੀਆਂ ਦੀ, ਨਹੀਂ ਤਾਂ ਸੰਦੀਪ ਨੇ ਕਹਿ ਦੇਣਾ ਵੀ ਲੱਗੀ ਸੀ, ਕੋਚ ਨੇ ਕਹਿ ਦੇਣਾ ਬਈ ਫੜਿਆ ਨੀ ਗਿਆ ਲੱਗੀ ਸੀ। ਸਹੀ ਹੈ, ਰਾਜ ਕੁਮਾਰ ਪੁਆਇੰਟ ਲੈ ਕੇ ਵਾਪਸ, ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇੱਕ ਦੋਤੇ ਦਾ ਸੰਦੀਪ, ਇੱਕ ਦਿਰਤੇ ਦਾ ਸੰਦੀਪ, ਇੱਕ ਲੱਲੀਆਂ ਦਾ ਸੰਦੀਪ, ਇੱਕ ਕਹਿੰਦੇ ਨੰਗਲਾਂਬੀਆਂ ਦਾ ਸੰਦੀਪ, ਇੱਕ ਰਾਮਗੜ ਦਾ ਸੰਦੀਪ, ਇੱਕ ਆਹ ਸੰਦੀਪ ਜਿਹੜਾ ਪੁਆਇੰਟ ਆਪਣੀ ਟੀਮ ਦੇ ਵੱਲ। ਅਜੇ ਸਾਡੀ ਉਮਰ ਨਿਆਣੀ, ਮੈਂ ਸੋਹਣਿਆ ਤੇਲੇ ਕਿਉਂ, ਵਿਛੜ ਗਏ ਕਈ ਰੂਹਾਂ ਦੇ ਹਾਣੀ, ਇਹ ਦਰਦ ਜਦਾਈਆਂ ਦੇ ਝੱਲੇ ਨੀ ਜਾਣੇ ਹੋਰ ਝਵੇਲੇ, ਇੱਥੇ ਹੋਰ ਨਸੀਬਾਂ ਨਾਲ ਸੋਹਣਿਆ ਵਿਛੜੀਆਂ ਦੇ ਵੇਲੇ। ਇਹ ਦੁਨੀਆ ਆਈ ਚਲਾਈ ਹੈ, ਦੁਨੀਆ ਚੱਲੀ ਜਾਂਦੀ ਹੈ, ਲਾਲੀ ਕੋਟ ਸੁਨੀਲ ਦੀ ਕੋਸਾ ਰਾਜ ਕੁਮਾਰ ਦੇ ਲਈ ਸੌ ਦੇ ਮਾਈਟਰੋਲ ਹੁੰਦਾ ਹੈ, ਅੰਦਰੋਂ ਲੱਕ ਜਦੋਂ ਫੜਿਆ ਜਾਵੇ ਉਦੋਂ ਸਾਰਾ ਸਰੀਰ ਕਬਜ਼ੇ ਦੇ ਵਿੱਚ ਆ ਜਾਂਦਾ, ਪੁਆਇੰਟ ਜਾਤੀ ਦੇ ਹਿੱਸੇ ਵਿੱਚ ਜੜਦਾ ਆਇਆ। ਤਾਰਾਂ ਜੁੜੀਆਂ ਨੇ ਹਜੇ, ਆਪਣਾ ਬਿਜਲੀ ਵਾਲੇ ਬਾਈ ਜਾਇਓ ਯਾਰ ਪਲਾਸ ਲੈ ਕੇ। ਭਾਜੀ ਇੱਕ ਮਿੰਟ, ਜਿਹੜੇ ਬਿਜਲੀ ਵਾਲੇ ਹੈਗੇ ਨਾ ਵੀਰ, ਪਲਾਸ ਲੈ ਕੇ ਜਾਇਓ ਜਨਰੇਟਰ, ਆਪਾਂ ਲਾਈਟਾਂ ਚੈੱਕ ਕਰ ਲਈਏ। ਹਾਂਜੀ ਦੀਪੂ ਅਮਰਗੜ੍ਹ ਜੀ, ਮੇਰਾ ਬਹੁਤ ਹੀ ਪਿਆਰਾ, ਮੇਰਾ ਇੱਧਰ ਜਿੰਨਾ ਟਾਈਮ ਮੈਚ ਚੱਲਦਾ ਆਪਾਂ ਸੈਰ ਤੇ ਵਾਰਮ ਅਪ ਹੋਈਏ, ਦਰਸ਼ਕਾਂ ਨੂੰ ਇੱਕ ਦਿਨ ਆਵੇ। ਸਾਰੇ ਕਰਤੱਬਾਂ ਵਾਲੇ ਵੀਰ ਆਏ ਆ, ਤੁਸੀਂ ਆਪਣੇ ਆਪਣੇ ਕਰਤੱਬ ਕਰੋ, ਜਿੰਨਾ ਤੁਹਾਡੀ ਕਿਸਮਤ ਵਿੱਚ ਨੀਲੇ ਲਿਖਿਆ ਨਾ ਤੁਹਾਨੂੰ ਸਾਰਿਆਂ ਨੂੰ ਮਿਲ ਜਾਣਾ। ਇਹ ਕੋਟ ਸੱਤਾ ਪੈਂਦਾ ਕਿਸੇ ਨੂੰ ਨਾਰਾਜ਼ ਕਰਕੇ ਨੀ ਭੇਜਦਾ, ਲੈ ਵੀ ਬਾਈ ਆਪਣੇ ਆਪਣੇ ਜਿਹੜੇ ਕਰਤੱਬ ਜ਼ਰੂਰ ਕਰ ਲਿਓ। ਲਓ ਸਾਹਮਣੇ ਇਸ ਨੇ ਸੰਦੀਪ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਕਰਨਾ ਹੋਇਆ।